ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖੁਸ਼। ਸਾਡੇ ਕੋਲ ਲੰਬੇ ਸਿੰਘ ਜੁੜੇ ਹੋਏ ਕਿ ਤੁਸੀਂ ਜਿਹੜਾ ਪਾਕਿਸਤਾਨ ਦਾ ਯਾਤਰਾ ਜਾਣਾ ਸਿੱਖ ਚੰਨ ਤੋਂ, ਅੱਜ ਸਾਰੀ ਸੰਗਤਾਂ ਇਕੱਠੀਆਂ ਹੋ ਗਈਆਂ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਮੈਂ ਪ੍ਰਾਊਡ ਵੀ ਜੀ, ਜਿੱਦਾਂ ਮੈਂ ਲੁਕਿੰਗ ਫੋਰਵਰਡ ਜਿੱਦਾਂ ਕਹਿੰਦੇ ਜਿਹੜੇ ਮੈਂ ਬੜੀ ਕਿਸਮ ਵਾਲੇ ਅਸੀਂ ਜਿਹੜਾ ਸਾਨੂੰ ਮੌਕਾ ਮਿਲਿਆ ਜਾਣ ਦਾ। ਹਾਂਜੀ, ਥੈਂਕਸ ਫੋਰ ਅਵਾਰਡਿੰਗ ਆਪ ਜਾਣੇ ਨਾਲ ਸਿੱਖਾਂ। ਹਾਂਜੀ, ਸਿੱਖ ਜਾਣ ਦਾ ਬਹੁਤ ਧੰਨਵਾਦ ਤੁਹਾਡਾ ਭਰਾਵਾ, ਤੁਹਾਡਾ ਸਪੈਸ਼ਲੀ ਤੁਹਾਡਾ। ਹਾਂਜੀ, ਸਾਰਿਆਂ ਨੇ ਵਾਹਿਗੁਰੂ ਦੀ ਮਿਹਰਾਂ ਹੋਈਆਂ, ਸਾਰੀ ਸੰਗਤਾਂ ਇਕੱਠੀਆਂ ਹੋਈਆਂ। ਵਾਹਿਗੁਰੂ ਦੇ ਬਾਅਦ ਆ ਪਹਿਲਾਂ ਮਨ ਬੰਦਾ ਜੀ ਇਨਸਾਨ ਪਹਿਲਾਂ ਉਹ ਕਰਦਾ। ਹਾਂਜੀ, ਉਹਦੀ ਸੇਵਾ ਉਹਦੀ ਜਿਹੜੀ ਭਾਵਨਾ ਪਹਿਲਾਂ ਹੁੰਦੀ ਆ ਉਹ ਕਰਦਾ, ਔਰਗਨਾਈਜ਼ ਕਰਦੇ ਆ, ਅਤੇ ਉਹ ਦੂਏ ਨੂੰ ਉਤਸ਼ਾਹ ਮਿਲਦਾ, ਉਹਨੂੰ ਹੌਸਲਾ ਮਿਲਦਾ ਵੀ ਹਾਂ ਅਸੀਂ ਗੁਰੂ ਦੇ ਦਰਸ਼ਨ ਜਾਈਏ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਅਸੀਸਾਂ। ਅੱਜ ਤੁਸੀਂ ਦੇਖ ਸਕਦੇ ਕਾਫੀ ਸੰਗਤਾਂ ਪਹੁੰਚੀਆਂ ਹੈਗੀ, ਮਾਹੌਲ ਬਹੁਤ ਖੁਸ਼ੀ ਦਾ ਹੈਗਾ। ਉੱਥੇ ਗੁਰਦੁਆਰੇ 'ਤੇ ਜਾ ਕੇ ਦਰਸ਼ਨ ਕਰਨੇ, ਨਨਕਾਣਾ ਸਾਹਿਬ ਜਾਣਾ, ਪੰਜਾ ਸਾਹਿਬ ਜਾਣਾ, ਤੁਸੀਂ ਪਹਿਲੀ ਵਾਰੀ ਚੱਲੇ? ਹਾਂਜੀ, ਮੈਂ ਪਹਿਲੀ ਵਾਰੀ ਚੱਲੇ। ਹਾਂਜੀ 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 ਪਹਿਲੀ ਵਾਰੀ। ਹਾਂਜੀ, ਕਿੰਨੀ ਚਿਰ ਤੁਹਾਡੇ ਉੱਥੇ ਸਾਹਿਬ ਸੀ ਵੀ ਪਾਕਿਸਤਾਨ ਜਾ ਕੇ ਯਾਤਰਾ ਤੁਸੀਂ ਦਰਸ਼ਨ ਕਰਨੇ ਗੁਰਦੁਆਰੇ ਸਾਹਿਬਾਂ ਦਾ? ਹਾਂਜੀ, ਕਿੰਨੇ ਚਿਰ ਹੋ ਗਿਆ ਜੀ? ਆਪਣੀ ਜਿਹਨਾਂ ਸਾਰਾ ਪ੍ਰੋਗਰਾਮ ਆਪਣੇ ਜਿੰਨਾ ਹੈਗਾ ਨਗੇੜੀ ਕਿਹਾ, ਉਸ ਹਿਸਾਬ ਨਾਲ ਆਪਾਂ ਚੱਲਣਾ ਵਾ ਜੀ। ਹਾਂਜੀ, ਉਹਦੇ ਬਾਅਦ 'ਚ ਆਪਾਂ ਫਿਰ ਅੰਮ੍ਰਿਤਸਰ, ਉਹਦੇ ਬਾਅਦ 'ਚ ਵੀ ਆਪਾਂ। ਹਾਂਜੀ, ਸਾਖ ਕੇ ਵੀ ਤੁਸੀਂ ਸਾਨੂੰ ਸੰਗਤ ਨੂੰ ਦੱਸਣਾ ਕਿਸ ਤਰ੍ਹਾਂ ਤੁਹਾਡਾ ਯਾਤਰਾ ਰਹੀ ਆ, ਅਤੇ ਦਰਸ਼ਨ ਤੁਸੀਂ ਗੁਰਦੁਆਰਾ ਸਾਹਿਬ ਕਰਨੇ, ਉਹ ਵੀ ਫਿਰ ਤੁਸੀਂ ਮੁੜ ਕੇ ਆ ਕੇ ਸਾਨੂੰ ਸਾਰੀ ਜਾਣਕਾਰੀ ਦਿਓ ਜੀ। ਭੰਗ ਜੀ, ਹਾਂਜੀ ਜੀ, ਕਿਉਂ ਨਹੀਂ? ਹਾਂਜੀ, ਕਿਉਂ ਨਹੀਂ? ਹਾਂਜੀ ਭਾਵੇਂ, ਹਾਂਜੀ, ਬੜੀ ਬੜੀ ਕਿਸਮ ਸਾਡੀ ਆ ਜੀ, ਜਦ ਸਾਨੂੰ ਮੌਕਾ ਮਿਲਦਾ। ਹਾਂਜੀ, ਸੰਗਤ ਦੇ ਰੂਪ ਹੋਣ ਦਾ। ਹਾਂਜੀ ਹਾਂਜੀ, ਧੰਨਵਾਦ ਤੁਹਾਡਾ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਲੈਂਬਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਰਜਿੰਦਰ ਕੌਰ ਸੱਗੂ ਹੈ, ਅਸੀਂ ਲੈਸਟਰ ਤੋਂ ਆਏ ਹਾਂ, ਅਤੇ ਗਰੁੱਪ ਦੇ ਨਾਲ ਅਸੀਂ ਪਾਕਿਸਤਾਨ ਜਾਣਾ, ਉਸ ਤੋਂ ਬਾਅਦ ਫਿਰ ਅਸੀਂ ਇੰਡੀਆ ਵੀ ਜਾਣਾ ਹੈ। ਹਾਂਜੀ, ਤੁਹਾਨੂੰ ਮੋਬਿਲਿਟੀ ਇਸ਼ੂ ਵੀ ਹੈਗੀ ਆ, ਤੁਹਾਨੂੰ ਤੋੜਨ ਦੀ ਤਕਲੀਫ ਹੈਗੀ? ਮੈਨੂੰ ਨਾ ਮੇਰੀ ਬੈਕ ਦੀ ਪ੍ਰੋਬਲਮ, ਮੇਰੀ ਬਾਈਕ ਦੀ ਸਪਾਈਨ ਜਿਹੜੀ ਹੈ ਨਾ, ਉਹ ਮਤਲਬ ਕਿ ਨਾ ਅੱਗੋਂ ਪ੍ਰੋਲੈਪ ਡਿਸਕ ਹੈ ਨਾ, ਇਸ ਈਜ਼ੀ ਟੂ ਐਕਸਪਲੇਨ ਹੈ ਨਾ, ਅਤੇ ਉਹ ਮਤਲਬ ਉਹਦੇ ਕਰਕੇ ਨਾ ਫਿਰ ਮਤਲਬ ਕਿ ਨਾ ਮੇਰੀ ਇਸ ਲੱਤ ਨੂੰ ਥੋੜ੍ਹੀ ਜਿਹੀ ਤਕਲੀਫ ਹੈ, ਅਤੇ ਬਹੁਤਾ ਮਤਲਬ ਕਿ ਨਾ ਮੈਂ ਥੋੜ੍ਹਾ ਬਹੁਤਾ ਤਾਂ ਮੈਂ ਤੁਰ ਲੈਂਦੀ ਹਾਂ, ਲੇਕਿਨ ਜਦੋਂ ਫਿਰ ਮਤਲਬ ਬਹੁਤ ਜ਼ਿਆਦਾ ਤੁਰਨਾ ਹੋਵੇ ਫਿਰ ਥੋੜ੍ਹੀ ਮੈਨੂੰ ਪ੍ਰੋਬਲਮ ਹੁੰਦੀ ਹੈ। ਤੁਸੀਂ ਫਿਕਰ ਨਹੀਂ ਕਰਨਾ, ਸਿੱਖ ਚੰਨ ਟੀਮ ਤੁਹਾਡੇ ਨਾਲ ਹੋਊਗੀ ਦੇਖਭਾਲ ਲਈ, ਤੁਹਾਡੇ ਸਾਥੀ ਵੀ ਹੈਗੇ ਆ ਸਾਰੀ ਸੰਗਤਾਂ ਨਾਲ, ਇਸ ਕਰਕੇ ਪੂਰਾ ਪ੍ਰਬੰਧ ਹੋਊਗਾ। ਹਾਂਜੀ, ਮੈਨੂੰ ਮੈਂ ਮਤਲਬ ਕਿ ਨਾ ਬਹੁਤ ਵਰੀ ਸੀਗੀ, ਕਿਉਂਕਿ ਮੈਂ ਅਸੀਂ ਪਹਿਲਾਂ ਵੀ ਦਰਸ਼ਨ ਕਰਕੇ ਆਏ ਹਾਂ, ਅਤੇ ਲੇਕਿਨ ਹੁਣ ਜਦੋਂ ਕਰਤਾਰਪੁਰ ਦਾ ਉਹਨਾਂ ਨੇ ਵੱਡਾ ਬਣਾਇਆ ਹੈ, ਫਿਰ ਮੇਰਾ ਦਿਲ ਬਹੁਤ ਸੀਗਾ ਕਿ ਮੈਂ ਮਤਲਬ ਕਿ ਨਾ ਗਰੁੱਪ ਦੇ ਨਾਲ ਜਾਵਾਂ ਫਿਰ, ਕਿਉਂਕਿ ਮੈਂ ਇਕੱਲੇ ਨਹੀਂ ਜਾ ਸਕਦੀ ਹੈ ਨਾ, ਅਤੇ ਮੇਰੇ ਹਸਬੈਂਡ ਆਏ ਆ ਨਾਲ ਮੇਰੇ, ਲੇਕਿਨ ਅਸੀਂ ਫਿਰ ਵੀ ਮਤਲਬ ਦੋਵੇਂ ਜਣੇ ਅਸੀਂ ਨਹੀਂ ਮਤਲਬ ਕਿ ਨਾ ਸਾਨੂੰ ਈਜ਼ੀ ਨਹੀਂ ਫੀਲ ਕਰਦਾ ਅਸੀਂ ਦੋਵੇਂ ਜਣੇ ਜਾਈਏ, ਅਤੇ ਇਸ ਕਰਕੇ ਗਰੁੱਪ ਦੇ ਨਾਲ ਸਾਨੂੰ ਚੰਗਾ ਲੱਗਾ ਕਿ ਅਸੀਂ ਗਰੁੱਪ ਦੇ ਨਾਲ ਜਾ ਰਹੇ ਹਾਂ। ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਤੁਸੀਂ ਭੈਣ ਜੀ ਆਪਣਾ ਇੰਟਰੋਡਕਸ਼ਨ ਦਿਓ, ਪੂਰਾ ਨਾਂ, ਤੁਸੀਂ ਪਾਕਿਸਤਾਨ ਯਾਤਰਾ 'ਤੇ ਚੱਲੇ? ਮੇਰਾ ਨਾਂ ਸੁਰਿੰਦਰ ਕੌਰ ਆ, ਅਸੀਂ ਸਿੱਖ ਚੈਨਲ ਦੇ ਨਾਲ ਯਾਤਰਾ 'ਤੇ ਚੱਲੇ ਹਾਂ, ਵਿੱਚ ਆਮ ਸੋ ਐਕਸਾਈਟਡ ਟੂ ਸੀ ਓਲ ਦਾ ਗੁਰਦੁਆਰਾਸ, ਐਂਡ ਦਿਸ ਇਜ਼ ਗੋਨਾ ਬੀ ਮਾਈ ਲਾਈਫ ਟਾਈਮ ਐਕਸਪੀਰੀਅੰਸ। ਪਹਿਲੀ ਵਾਰੀ ਚੱਲੇ? ਪਹਿਲੀ ਵਾਰੀ ਚੱਲੀ ਹਾਂ। ਹਾਂਜੀ, ਤਾਂ ਹਾਊਫੁਲੀ ਯੂ ਨੋ I have a good time there, enjoying myself. And you can see today we got lots of different people here, different age groups. Different people and meet other, you know, well, a lot of people. Some I know, some I don't know, but they're all friends. Hopefully you make friends and so, you know, the Saheli and make new friends for lifelong. Friends, yeah. And I think, thanks to Sikh Channel as well to taking us there. Thank you very much. Baba Tan Baji. ਹਾਂਜੀ, ਸਾਨੂੰ ਜੁੜੇ ਹੈਗੇ ਸੁਖਜੀਤ ਸਿੰਘ ਜੀ। ਸੁਖਜੀਤ ਸਿੰਘ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਤੁਸੀਂ ਚੱਲੇ ਆ, ਤੁਹਾਡੀ ਵਾਈਫ ਤੁਹਾਡੇ ਨਾਲ, ਬੇਟਾ ਵੀ ਆਇਆ ਤੁਹਾਡੇ ਨਾਲ, ਇਹ ਤੁਹਾਨੂੰ ਆਏ ਸੀ ਇੱਥੇ ਸੀ ਆਫ ਕਰਨ ਲਈ, ਤੁਹਾਨੂੰ ਇੱਥੇ ਸੈਂਡ ਆਫ ਕਰਨ ਲਈ। ਪਰਹੈਪਸ ਵੀ ਕੈਨ ਸਟਾਪ ਵਿਦ ਯੂ ਯੰਗ ਮੈਨ, ਹਾਊ ਡੂ ਯੂ ਫੀਲ ਅਬਾਊਟ ਯੂਰ ਪੇਰੈਂਟਸ ਗੋਇੰਗ ਟੂ ਪਾਕਿਸਤਾਨ ਔਨ ਦਿਸ ਯਾਤਰਾ? ਰੀਲੀ ਪੋਜ਼ਿਟਿਵ, ਇਟਸ ਰੀਲੀ ਰੀਲੀ ਗੁੱਡ ਥਿੰਗ। ਆਈ ਮੀਨ ਆਈ ਵਿਸ਼ ਆਈ ਕੁਡ ਗੋ, ਬਟ ਆਈ ਜਸਟ ਡੋਨਟ ਹੈਵ ਇਨਫ ਟਾਈਮ ਆਫ ਵਰਕ, so it's really good that you guys are doing this as well, because it's nice nice to go with more people, so it looks really really nice, and hopefully we'll get to go again sometime all together with our whole family. Si pehli bari challe? Haan ji, pehli bari challe. Haan ji, ki chahunde ki yatra to assi chahne bahut
ਸਾਡੇ ਹੱਥ ਦੀ ਕਿਸਮਤ ਚੰਗੇ ਸੀ ਚੱਲੇ ਉੱਥੇ ਨਾ ਅਤੇ ਨਹੀਂ ਤਾਂ ਬਹੁਤ ਟਾਈਮ ਹੋ ਗਿਆ ਸੀ ਸਾਨੂੰ ਇਹ ਸੋਚਦੇ ਹਨ ਹਾਂਜੀ ਅਤੇ ਇਸ ਕਰਕੇ ਭੈਣ ਜੀ ਤੁਸੀਂ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਿੱਖ ਚੈਨਲ ਦਾ ਥੈਂਕ ਯੂ ਕਰੂੰਗੀ ਜਿਹੜੇ ਸਾਨੂੰ ਸਾਰਿਆਂ ਨੂੰ ਲੈ ਕੇ ਚੱਲੇ ਆ ਥੈਂਕ ਯੂ ਸਾਰੇ ਟੀਮ ਦਾ ਥੈਂਕ ਯੂ ਸਿੱਖ ਚੈਨਲ ਦਾ ਜਿਨ੍ਹਾਂ ਨੇ ਸਾਨੂੰ ਇਹ ਯਾਤਰਾ ਕਰਵਾਈ ਹਮੇਸ਼ਾ ਦਿਲ ਦੇ ਵਿੱਚ ਰਹਿੰਦਾ ਸੀ ਅਸੀਂ ਨਨਕਾਣਾ ਸਾਹਿਬ ਜਾਣਾ ਸ਼ੁਕਰ ਆ ਜਾ ਰਹੇ ਹਾਂ ਹਾਂਜੀ ਇੱਥੇ ਮਾਹੌਲ ਕਿਸ ਤਰ੍ਹਾਂ ਹੈਗਾ ਅੱਜ ਕਾਫੀ ਸੰਗਤਾਂ ਪਹੁੰਚੀ ਹੈਗੀ ਬਸ ਐਟਮੋਸਫੀਅਰ ਆ ਕਿ ਮਾਹੌਲ ਕਿਸ ਤਰ੍ਹਾਂ ਇੱਥੇ ਬਹੁਤ ਪੋਜ਼ਿਟਿਵ ਆ ਬਹੁਤ ਜ਼ਿਆਦਾ ਨਾਈਸ ਆ ਫਰੈਂਡਲੀ ਆ ਪੋਜ਼ਿਟਿਵ ਆ ਵੈਰੀ ਵੈਰੀ ਗੁੱਡ ਆ ਇਸ ਤਰ੍ਹਾਂ ਅਸੀਂ ਚਾਹੁੰਦੇ ਚੜ੍ਹਦੀ ਕਲਾ 'ਚ ਰਹਿਣਾ ਸਾਰੇ ਸੰਗਤ ਇਕੱਠੇ ਜਾ ਕੇ ਪਿਆਰ ਦੇ ਨਾਲ ਜਾਣਾ ਐਂਡ ਰਲ ਮਿਲ ਕੇ ਇਕੱਠੇ ਕੋਈ ਵੀ ਮੁਸ਼ਕਲ ਵੀ ਆਵੇ ਕਰਕੇ ਕਾਫੀ ਸਿਆਣੇ ਵੀ ਹੈਗੇ ਆ ਉਹਨਾਂ ਦੀ ਵੀ ਤੁਸੀਂ ਜੇ ਹੈਲਪ ਕਰ ਸਕਦੇ ਕੋਈ ਨਹੀਂ ਜ਼ਰੂਰ ਕਰਾਂਗੇ ਹੈਲਪ ਕਰਕੇ ਅਸੀਂ ਸਾਰੇ ਇਕੱਠੇ ਰਵਾਂਗੇ ਹਾਂਜੀ ਥੈਂਕ ਯੂ ਵੈਰੀ ਮੱਚ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ 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 ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਵੇ ਸਾਡੇ ਜੁੜੇ ਹੈਗੇ ਸਤਨਾਮ ਸਿੰਘ ਸਤਨਾਮ ਸਿੰਘ ਤੁਸੀਂ ਕਿੱਥੇ ਰਹਿੰਦੇ ਇੱਧਰ ਵੀ ਰਹਿੰਦੇ ਹਾਂ ਜੀ ਐਂਡ ਤੁਸੀਂ ਪਾਕਿਸਤਾਨ ਪਹਿਲੀ ਵਾਰੀ ਚੱਲੇ ਯਾਤਰਾ ਤੇ ਹਾਂਜੀ ਪਹਿਲੀ ਵਾਰੀ ਚੱਲੇ ਹਾਂ ਜੀ ਐਂਡ ਤੁਹਾਨੂੰ ਇਸ ਅੱਜ ਮਾਹੌਲ ਕਿਸ ਤਰ੍ਹਾਂ ਲੱਗਦਾ ਇੱਥੇ ਸਿੱਖ ਚੈਨਲ ਸਟੂਡੀਓ ਬਹੁਤ ਨਾਈਸ ਲੱਗਦਾ ਹੈ ਬਹੁਤ ਸੋਹਣਾ ਲੱਗਦਾ ਹੈ ਹਾਂਜੀ ਬਹੁਤ ਸੋਹਣਾ ਲੱਗਦਾ ਸਾਰੇ ਚੱਲੇ ਹਾਂ ਆਪਣੇ ਪੁਰਾਣੇ ਬਜ਼ੁਰਗਾਂ ਸਾਡੇ ਉੱਥੋਂ ਦੇ ਵੀ ਸੀਗੇ ਅਸੀਂ ਉਹਨਾਂ ਕੋਲ ਉਹਨਾਂ ਦੇ ਜਨਮ ਤੁਹਾਡੀ ਫੈਮਿਲੀ ਪਾਕਿਸਤਾਨ ਤੁਸੀਂ ਪਾਕਿਸਤਾਨ ਤੋਂ ਆਏ ਹਾਂਜੀ ਸਾਰੇ ਉੱਥੇ ਸੀਗੇ ਭੈਣ ਜੀ ਯੂ ਲੁਕਿੰਗ ਫੋਰਵਰਡ ਟੂ ਦਿਸ ਟ੍ਰਿਪ ਟੂ ਪਾਕਿਸਤਾਨ ਟੂ ਸੀ ਆਲ ਦ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਨਕਾਣਾ ਸਾਹਿਬ ਆਮ ਲੁਕਿੰਗ ਫੋਰਵਰਡ ਟੂ ਇਟ ਵੈਰੀ ਮੱਚ ਆਮ ਦ ਵਨ ਹੂ ਆਰਗੇਨਾਈਜ਼ਡ ਇਟ ਸੋ ਆਈ ਪੁਸ਼ਡ ਹਿਮ ਹੋਪਫੁਲੀ ਯੂ ਇੰਜੋਏ ਇਟ ਐਂਡ ਹੈਵ ਯੂ ਇੰਜੋਏਡ ਦ ਐਟਮੋਸਫੀਅਰ ਹੇਅਰ ਟੂਡੇ ਸੀ ਕਿਨ ਸਟੂਡੀਓ ਇਟਸ ਲਵਲੀ ਐਟਮੋਸਫੀਅਰ ਦੇਰ ਇਸ ਨਾਈਸ ਟੂ ਸੀ ਅ ਲੋਟ ਆਫ ਪੀਪਲ ਟੇਕਿੰਗ ਪਾਰਟ ਯੈਸ Obviously you get to know new people you'll meet lots of people as you're traveling together you're spending time together yeah. make new friends yeah definitely it's much better that like this than going on your own you can they're all from our colleagues are from Derby as well so yeah we've met up with someone already ਇਸ ਕਰਕੇ ਡਰਬੀ ਨੂੰ ਤੁਸੀਂ ਰਿਪਰੈਜ਼ੈਂਟ ਕਰਨਾ ਇਸ ਯਾਤਰਾ ਤੇ ਬਹੁਤ ਖੁਸ਼ੀ ਹੈਗੀ ਹਾਂਜੀ ਡਰਬੀ ਨੂੰ ਕਰਦੇ ਨੇ ਰਿਪਰੈਜ਼ੈਂਟ ਜੀ ਹਾਂਜੀ ਅਸੀਂ ਸੋਚਦੇ ਸੀ ਹੋਰ ਵੀ ਹੋਣਗੇ ਪਰ ਅਸੀਂ ਦੋ ਫੈਮਿਲੀ ਰਹਿ ਗਈਆਂ ਹੁਣ ਹਾਂਜੀ ਹਾਂਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਅਸੀਂ ਦੇਖਦੇ ਰਹਿੰਦੇ ਹਾਂ ਸਿੱਖ ਚੈਨਲ ਇਸ ਤਰ੍ਹਾਂ ਤੁਸੀਂ ਇੰਜੋਏ ਕਰਨਾ ਯਾਤਰਾ ਸੰਗਤ ਨਾਲ ਰਲ ਮਿਲ ਕੇ ਰਹਿਣਾ ਗੁਰਦੁਆਰੇ ਦਰਸ਼ਨ ਕਰਨੇ ਉੱਥੇ ਚੜ੍ਹਦੀ ਕਲਾ 'ਚ ਰਹਿਣੀ ਐਂਡ ਸਾਰੀ ਅਰਦਾਸਾਂ ਹੈਗੀਆਂ ਵੀ ਸਾਰਾ ਸੁੱਖ ਸ਼ਾਂਤੀ ਰਹਿਣਾ ਸੁੱਖ ਸ਼ਾਂਤੀ ਰਹੇ ਜੀ ਸਭ ਤੋਂ ਹਾਂਜੀ ਬਹੁਤ ਸੋਹਣਾ ਟਾਈਮ ਕੱਢਾਂਗੇ ਸਾਰੇ ਥੈਂਕ ਯੂ ਵੈਰੀ ਮੱਚ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਬਹੁਤ ਖੁਸ਼ੀ ਹੈਗੀ ਸਾਡੇ ਆਪਣੇ ਕੈਮ ਸਿੰਘ ਸੀਓ ਸਿੱਖ ਚੈਨਲ ਜਿਹੜੇ ਸਾਰਾ ਉਪਰਾਲਾ ਆਹ ਪਾਕਿਸਤਾਨ ਯਾਤਰਾ ਦਾ ਕੀਤਾ ਸੇਵਾ ਕੀਤੀਆਂ ਸੰਗਤਾਂ ਦੀ ਬਹੁਤ ਖੁਸ਼ੀ ਹੈਗੀ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਮੰਮੀ ਉਹ ਵੀ ਚੱਲੇ ਹੈਗੇ ਆ ਇਸ ਯਾਤਰਾ 'ਤੇ ਇਹ ਆਂਟੀ ਜੀ ਤੁਸੀਂ ਕੀ ਕਹੋਗੇ
मैं अज मैं की कह सकती हाँ अज इन्नी खुशी आ इन्नी वाहेगुरु जी की कृपा हुई आ सिख चैनल से हुई आ जिहड़े सारी संगत नू लैके ननकाणा साहब अपने श्री गुरु नानक देव जी के प्रकाश दिहाड़े नू मनाउंदे होए सारी संगत नू उत्थे लैके चले आ और अज सारे संसार नू जिथे जिथे भी मेरे वीर भैन वास्ते आ सारिआं नू गुरपुरब दीआं लख लख वधाइयां होण सारी संगत इत्थों जिथे भी चल के जाणी आ महाराज उन्हां दे अंग संग हो के सहायता करन सिर ते मेहर भरिया हथ रखण राजी खुशी अपने घरां दे विच वापस आउण सिख चैनल का बहुत बहुत धन्यवाद वाहेगुरु जी का खालसा वाहेगुरु जी की फतह अस भी थोड़ा बहुत धन्यवाद करिए थोड़े बेटा इन्हें लैक बेटा कैम सिंह जी ने इन्नी सेवा करते दिन रात सिख चैनल की संगत की कम्यूनिटी की सेवा करते इस करके थोड़ा भी असं बहुत बहुत बधाइया दें बिकॉज माँ प्यो में सारा सिर माँ प्यो में जाता माँ प्य सही पास बच्चे रात दिन वह बहुत फर्क पैंता इस करके कैम सिंह की जी सेवा निभा सिरा थानू उनके डैडी जी बहुत बहुत धन्यवाद जी चलो महाराज इस तरह और सिर पर मेहर भरिया हाथ रख के हर एक दी सेवा हर एक दी गरीब जो भी हैगा ओदी सेवा करदा रवे असी भी यही चाहते महाराज उनको जो सेवा लैनी आ हेल्प करन दी चंगी सेवा लवे बस बहुत बहुत धन्यवाद जी थैंक यू सर कैम सिंह उन्हें मासी जी भी जुड़े इन्हें भी जाना या यात्रा ते हाँ जी तुम की कहो नहीं खम दी आंटी सारे कहते खम दी आंटी पर वो मासी जी इंडिया घर आई हुई वो घर रह गई है ना बट वेरी वेरी ना मैं एक गल कहनी सिख चैनल का ना बहुत बहुत धन स्पेशली जोड़े है ना टेलीफोन मैनेज करते दे आर बीन सो काइंड इन्नी उन्हें मदद की है ना बहुत दे आर रियली नाइस नाइस टीम बधाई थानू सारे ने बहुत बहुत गुरु नानक देव जी के गुरपुरब से सब सच पाशाह यात्रा सफलता हो सिच्छा पूरी करे सारिया दियाँ है ना महाराज सारे सुख शांति बख्शे थैंक यू वापस आके भी सू दस्यो किस तरह थोड़ा टूर रहे गुरुद्वारे जाके दर्शन करने ज्ञान लेना सारा संगत ने शेयर करो हाँ बहुत जरूर बाबा मेहर करे सुख फीली ना आई है अभी थानू है ना वाह 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 हो अपना शीशा चलती रहे सदा है ना बहुत नाइस मैंने तो बहुत इन्हों का फायदा आ बाबा कृपा करके रखे थोड़े सारे सेवादारा से आखे चंगे भाई खालसा वाहेगुरू जी की फतेह ਬਹੁਤ ਜੀ ਖਾਲਸਾ ਬਹੁਤ ਜੀ ਫਤਿਹ ਜੀ ਤੁਸੀਂ ਵੀ ਪਾਕਿਸਤਾਨ ਦੇ ਯਾਤਰਾ 'ਤੇ ਚੱਲੇ ਪਹਿਲਾਂ ਆਪਣੇ ਪੂਰਾ ਨਾਂ ਦੱਸੋ ਤਾਂ ਕਿਸ ਤੋਂ ਆਏ ਪਲੀਜ਼ ਹਾਂਜੀ ਮੇਰਾ ਨਾਮ ਜਲੌਰ ਸਿੰਘ ਆ ਜੀ ਅਸੀਂ ਆਪਣੇ ਬਰਮਿੰਗਮ ਤੋਂ ਆਏ ਹਾਂ ਜੀ ਠੀਕ ਹੈ ਜੀ ਪਾਕਿਸਤਾਨ ਪਹਿਲੀ ਵਾਰ ਹੀ ਚੱਲੇ ਪਹਿਲੀ ਵਾਰ ਚੱਲੇ ਜੀ ਪਾਕਿਸਤਾਨ ਲਾਸਟ ਟਾਈਮ ਮੇਰਾ ਬ੍ਰਦਰ ਜਾ ਕੇ ਆਇਆ ਉਹਨੇ ਦੱਸਿਆ ਵੀ ਜੇ ਇਹ ਗਰੁੱਪ ਨਾਲ ਜਾਂਦੇ ਬਹੁਤ ਸੋਹਣਾ ਪ੍ਰੋਗਰਾਮ ਇਹਨਾਂ ਦਾ ਹੈਗਾ ਬਹੁਤ ਸੋਹਣਾ ਲਿੰਕ ਪ੍ਰੋਗਰਾਮ ਕੀਤਾ ਹੋਇਆ ਸਭ ਕੁਛ ਐਂਡ ਤੁਸੀਂ ਕੀ ਚਾਹੁੰਦੇ ਇਸ ਟ੍ਰਿਪ ਤੋਂ ਉੱਥੇ ਕਾਫੀ ਤੁਸੀਂ ਦਰਸ਼ਕਾਂ ਦੇ ਗੁਰਦੁਆਰੇ ਸਾਹਿਬਾਂ ਦੇ ਐਂਡ ਐਕਸਪੀਰੀਅੰਸ ਲੈਣਾ ਐਂਡ ਨਨਕਾਣਾ ਸਾਹਿਬ ਖਾਸ ਕਰ ਤੁਸੀਂ ਜਾ ਕੇ ਦਰਸ਼ਨ ਕਰਨੇ ਤੁਸੀਂ ਕੀ ਚਾਹੁੰਦੇ ਇਸ ਟ੍ਰਿਪ ਤੋਂ ਕੀ ਤੁਸੀਂ ਇਹ ਸਫਲ ਕਰਨਾ ਹੈਗਾ ਅਸੀਂ ਜੀ ਆਪਣੀ ਇਹ ਯਾਤਰਾ ਚੱਲੇ ਨਨਕਾਣਾ ਸਾਹਿਬ ਦੇ ਅਤੇ ਆਪਣੇ ਗੁਰੂ ਨਾਨਕ ਦੇਵ ਦਾ ਉਤਸਵ ਪ੍ਰਕਾਸ਼ ਜਿਹੜਾ ਮਨਾਉਣਾ ਸਭ ਉੱਥੇ ਚੱਲੇ ਦਰਸ਼ਨ ਕਰਨ ਅਤੇ ਹੋਰ ਜਿਹੜੇ ਆਪਣੇ ਗੁਰਧਾਮ ਹਨ ਉਹਨਾਂ ਦੇ ਵੀ ਦਰਸ਼ਨ ਕਰਾਂਗੇ ਸਾਰੇ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਨਾਲ ਕੌਣ ਹੈਗੇ ਤੁਹਾਡੇ ਨਾਲ ਮੈਂ ਅਤੇ ਮੇਰੇ ਵਾਈਫ ਨਾਲ ਚੱਲੇ ਹਾਂ ਜੀ ਹਾਂਜੀ ਸਵਰਨ ਕੌਰ ਹਾਂਜੀ ਅਸੀਂ ਦੋਨੇ ਜਾਣੇ ਚੱਲੇ ਹਾਂ ਜੀ ਅਤੇ ਹੋਰ ਆਪਣਾ ਜਥਾ ਵੀ ਹੈ ਨਾਲ ਜੀ ਜੀ ਅਸੀਂ ਸਿੱਖ ਤਾਂ ਸਿੱਖ ਚੈਨਲ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਾਨੂੰ ਇੰਨੀ ਮਿਹਨਤ ਕਰਕੇ ਚੱਲੇ ਵਿਚਾਰੇ ਅੱਜ ਇੱਥੇ ਮਾਹੌਲ ਕਿਸ ਤਰ੍ਹਾਂ ਹੈਗਾ ਸਿੱਖ ਚੈਨਲ ਸਟੂਡੀਓ ਮਾਹੌਲ ਬਹੁਤ ਸੋਹਣਾ ਆਣ ਕੇ ਦੇਖੋ ਇੱਥੇ ਪੀਜ਼ਾ ਸਾਨੂੰ ਖਾਣ ਨੂੰ ਮਿਲਦਾ ਪਰੌਂਠੇ ਮਿਲ ਰਹੇ ਨੇ ਆ ਕੇ ਇੰਨੀ ਸੇਵਾ ਕਰ ਰਹੇ ਨੇ ਤੁਹਾਨੂੰ ਟੈਚੀ ਚੱਕਣ ਦੀ ਵੀ ਨਹੀਂ ਲੋੜ ਇਹ ਵੀ ਤੁਹਾਡੀ ਸੇਵਾ ਆਪ ਹੀ ਕਰਦੇ ਨੇ ਵਿਚਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੰਗਤ ਜੀ ਅੱਜ ਬਹੁਤ ਦਿਨ ਵੱਡਿਆ ਭਾਗਾਂ ਵਾਲਾ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਨੂੰ ਪੂਰਨ ਸਮਰਪਿਤ ਨਨਕਾਣਾ ਸਾਹਿਬ ਜਾ ਰਹੀ ਹੈ ਸਿੱਖ ਚੈਨਲ ਵੱਲੋਂ ਪੂਰੀ ਟੀਮ ਤਕਰੀਬਨ 42-43 ਜਣੇ ਇੱਥੇ ਸਿੰਘ ਜਾ ਰਹੇ ਨੇ 13 ਸਿੰਘ ਸਵੇਰੇ ਚਲੇ ਗਏ ਟੋਟਲ 113 ਦਾ ਜਥਾ ਔਰ ਸੇਰਾ ਮੇਰੇ ਵੀਰ ਛੋਟੇ ਵੀਰ ਕੈਮ ਸਿੰਘ ਸਾਹਿਬ ਜੀ ਨੂੰ ਸ਼ਾਬਾਸ਼ ਬਹੁਤ ਉਦੋਂ ਉਪਰਾਲਾ ਹੈ ਸਾਡੇ ਸਿੱਖਿਆ ਦੇ CEO ਸਾਹਿਬ ਨੇ ਬਹੁਤ ਮੈਂ ਕਹਿੰਦਾ ਭਾਈ ਨਾਟਕ ਕਰਦੇ ਨੇ ਮੈਂ ਵਧਾਈਆਂ ਦਿਆਂਗਾ ਸਮੁੱਚੇ ਪਰਿਵਾਰ ਨੂੰ ਬਹੁਤ ਬਹੁਤ ਵਾਹਿਗੁਰੂ ਜੀ ਖਾਲਸਾ ਸਾਰੇ ਤੁਸੀਂ ਦੇਖ ਸਕਦੇ ਮਾਰੀ ਕਿਰਪਾ ਹੋ ਰਹੀ ਹੈ ਇਸ ਵੇਲੇ ਹਨਾ ਅਤੇ ਦੇਖੋ ਕਿੰਨੀ ਸੰਗਤਾਂ ਕਿੰਨੀ ਰੌਣਕਾਂ ਲੱਗੀਆਂ ਹੈਗੇ ਸਿੱਖ ਚੈਨਲ ਸਟੂਡੀਓ ਸਾਰੇ ਚਾਅ ਚੜੇ ਹੋਏ ਆ ਸੰਗਤ ਜੀ ਮੈਂ ਹੋਰ ਦੱਸਦਾ ਜਾਵਾਂ ਇੰਨਾ ਚਾਅ ਹੈ ਮੇਰੇ ਛੋਟੇ ਬਾਈ ਨੂੰ ਸਾਡੇ ਬੱਚੇ ਵਰਗਾ ਦੇਖੋ ਨਾਲ ਪੀਜ਼ਿਆਂ ਦਾ ਲੰਗਰ ਵੀ ਨਾਲ ਪੂਰਾ ਪ੍ਰਬੰਧ ਕੀਤਾ ਪਰੌਂਠਿਆਂ ਸਾਰਾ ਕੁਛ ਸ਼ਾਬਾਸ਼ ਸਤਿਗੁਰੂ ਮਾਰੀ ਕਿਰਪਾ ਨਹੀਂ ਤਾਂ ਮਿਸਟਰ ਸਿੰਘ ਦਾ ਧੰਨਵਾਦ ਕੀਤਾ ਜਾਂਦਾ ਉੱਧਰ ਸਿਰੇ ਵਾਹ ਜੀ ਵਾਹ ਵਾਲਿਆਂ
ਜਾਂਦਾ ਦਰਬਾਰ ਅੰਕਲ ਹੁਣ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਤੇ ਉਹਦੇ ਨਾਲ ਉਹਨਾਂ ਵੀ ਸੇਵਾ ਕੀਤੀ ਸੀ ਪਰੌਂਠੇ ਦੀ ਸੇਵਾ ਲੰਗਰ ਲੱਗਿਆ ਸੀ ਸਵੇਰੇ ਹੁਣ ਪੀਜ਼ਾ ਲੱਗਾ ਹੋਇਆ ਹੁਣ ਅਸੀਂ ਅਰਦਾਸ ਕਰਨ ਲੱਗੇ ਹਾਂ ਪਰ ਉਹ ਤੋਂ ਪਹਿਲਾਂ ਉਹ ਰਾਤ ਨੂੰ ਰੌਕੀਜ਼ ਹੈਗੇ ਨਾ ਉੱਥੇ ਸਾਊਥ ਹੋਲ ਸਲਾਹ ਦੇ ਵਿੱਚ ਉਹ ਪਿੰਡਾ ਭਾਅ ਜੀ ਉਹਨਾਂ ਨੇ ਸੇਵਾ ਲੈ ਲਈ ਰਾਤ ਦੀ ਉਹਨਾਂ ਨੇ 113 ਜਾਣਿਆਂ ਵਾਸਤੇ ਰੈਪਸ ਪੀਜ਼ਾ ਚਿਪਸ ਸੇਵਾ ਸਾਰੀ ਲਈ ਹੋਈ ਆ ਸੰਗਤ ਜੀ ਮੈਂ ਦੱਸਦਾ ਜਾਵਾਂ ਜਿਹੜੀਆਂ ਸੇਵਾਵਾਂ ਲਈਆਂ ਜਾਂਦੀਆਂ ਕਿਸੇ ਨੂੰ ਪ੍ਰੇਰਨਾ ਪੈਂਦਾ ਪਰ ਮੇਰੇ ਵੀਰ ਕੈਂਪ ਸਿੰਘ ਜੀ ਬਹੁਤ ਤਰੀਕੇ ਨਾਲ ਪ੍ਰੇਰਦੇ ਨੇ ਇਹ ਸੇਵਾ ਬਹੁਤ ਵਧੀਆ ਵਾਹਿਗੁਰੂ ਮਹਾਰਾਜ ਕਿਰਪਾ ਵਾ ਦੇਖੋ ਸੰਗਤਾਂ ਜਾ ਰਹੀਆਂ ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਸਤੇ ਗੁਰੂ ਨਾਨਕ ਦੇਵ ਜੀ ਸਹਿਜ ਪਾਠ ਅਸੀਂ ਕਰ ਰਹੇ ਹੈਗੇ ਉਹਨਾਂ ਦੇ ਖੁਸ਼ੀ ਵਿੱਚ ਗੁਰਪੁਰਬ ਵਿੱਚ ਤੇ ਸੰਗਤਾਂ ਆਪਣਾ ਆਪਣਾ ਜਿਨ੍ਹਾਂ ਦੇ ਮਨ ਸੇਵਾ ਆਪ ਲੈ ਰਹੇ ਆ ਨਾ ਉਹ ਆਪ ਲੈ ਰਹੇ ਆ ਸੇਵਾ ਸਾਰਿਆਂ ਨੂੰ ਨਹੀਂ ਆਉਣੀ ਹੈਗੀ ਸਾਰਿਆਂ ਨੂੰ ਨਹੀਂ ਆਉਣੀ ਜਿਹਨੇ ਕਰਮਾਂ ਨੇ ਉਹ ਆ ਜਾ ਰਹੀ ਆ ਤੇ ਦੇਖੋ ਸੰਗਤਾਂ ਖੁਸ਼ੀ ਦੇ ਵਿੱਚ ਕਿੰਨਾ ਹੋ ਰਿਹਾ ਵਾ ਇਸ ਬਿਊਟੀਫੁਲ ਬਹੁਤ ਧੰਨਵਾਦ ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਦਾਤ ਬਖਸ਼ੇ ਠੀਕ ਹੈ ਜੀ ਹਾਂਜੀ ਭਾਈ ਸਾਹਿਬ ਜੀ ਤੁਸੀਂ ਜਾ ਰਹੇ ਬੜੀ ਖੁਸ਼ੀ ਵਾਲੀ ਗੱਲ ਹੈ ਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਸਮਰਪਿਤ ਤੁਸੀਂ ਨਨਕਾਣਾ ਸਾਹਿਬ ਜਾ ਰਹੇ ਕੀ ਕਹਿਣਾ ਚਾਹੋਗੇ ਮਨ ਨੂੰ ਕਿਸ ਤਰ੍ਹਾਂ ਖੁਸ਼ੀ ਲੱਗਦੀ ਅਸੀਂ ਇੱਕ ਦਫਾ ਪਹਿਲੇ ਵਾਰੀ ਵੀ ਜਾ ਚੁੱਕੇ ਹਾਂ ਨਨਕਾਣਾ ਸਾਹਿਬ ਤੇ ਸਾਡਾ ਫਿਰ ਜੀ ਕਰਦਾ ਸੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਤੇ ਨਾ ਜਾ ਕੇ ਦਰਸ਼ਨ ਕਰੀਏ ਜੀ ਫਿਰ ਅਸੀਂ ਤੁਹਾਡੇ ਨਾਲ ਜਾ ਰਹੇ ਹਾਂ ਸਿੱਖ ਚੈਨਲ ਨਾਲ ਤੇ ਬਹੁਤ ਮਜ਼ਾ ਆ ਰਿਹਾ ਇੱਥੇ ਸਭ ਲੋਕ ਇਕੱਠੇ ਹੋਏ ਆ ਬਹੁਤ ਹਸਲ ਬਸਲ ਆ ਤੇ ਹਾਂਜੀ ਤੇ ਖੁਸ਼ੀ ਵਾਲੀ ਗੱਲ ਹੈ ਕਿ ਜਾਇਓ ਸੱਚੇ ਸੌ ਦੇ ਸਾਰੇ ਗੁਰਧਾਮਾਂ ਘੁੰਮ ਕੇ ਜਾ ਕੇ ਦਰਸ਼ਨ ਕਰਕੇ ਆਇਓ ਨਨਕਾਣਾ ਸਾਹਿਬ ਡੇਰਾ ਸਾਹਿਬ ਤਕਰੀਬਨ ਸਿੱਖ ਚੈਨਲ ਨੇ ਪੂਰਾ ਪ੍ਰਬੰਧ ਪੂਰਾ ਸਾਰਾ ਸਿਸਟਮ ਨਾਲ ਜਾਣਾ ਸਾਰੀ ਸੰਗਤਾਂ ਨੂੰ ਜਿੱਥੇ ਜਾਣਾ ਜਿੱਥੇ ਰਹਿਣ ਬਹਿਣ ਦਾ ਬੜਾ ਜਿਹਾ ਪ੍ਰਬੰਧ ਕੀਤਾ ਉਹ ਜੇਕਰ ਤੁਸੀਂ ਅੱਗੇ ਜਾ ਕੇ ਆਓ ਕੋਈ ਨਵੀਂ ਜਗ੍ਹਾ ਹੈ ਤਾਂ ਤੁਸੀਂ ਵੀ ਦੱਸਿਓ ਇਹਨਾਂ ਸੰਗਤਾਂ ਨੂੰ ਹਾਂਜੀ ਉੱਥੇ ਜਾਣਾ ਹਾਂਜੀ ਅਸੀਂ ਪਹਿਲਾਂ ਇੱਕ ਦਫਾ ਜਾ ਚੁੱਕੇ ਹਾਂ ਅਤੇ ਉਹ ਵੀ ਸਿਸਟਮ ਚੰਗਾ ਸੀਗਾ ਪਰ ਇਹਨਾਂ ਦਾ ਸਿੱਖ ਚੈਨਲ ਵਾਲਿਆਂ ਦਾ ਬਹੁਤ ਹੋਰ ਵੀ ਚੰਗਾ ਸਿਸਟਮ ਲੱਗਦਾ ਹਾਂਜੀ ਜਾ ਕੇ ਅਸੀਂ ਬਾਅਦ ਦੇ ਵਿੱਚ ਫਿਰ ਦੱਸਾਂਗੇ ਕਿੱਦਾਂ ਦੱਸਗਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸ ਵੇਲੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਸਦਕਾ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਪਲੋਆ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਵੱਲੋਂ ਪੂਰਬ 'ਤੇ ਸਿੱਖ ਚੈਨਲ ਵੱਲੋਂ ਸਮੁੱਚੀਆਂ ਸੰਗਤਾਂ ਨੂੰ ਸਿੱਖ ਚੈਨਲ ਲੈ ਕੇ ਜਾ ਰਿਹਾ ਨਨਕਾਣਾ ਸਾਹਿਬ ਦੀ ਧਰਤੀ 'ਤੇ ਜੋ ਮਧਾਰ ਕੋ ਸਿੱਖ ਅਰਦਾਸ ਕਰਦਾ ਜਿਨ੍ਹਾਂ ਜਿਨ੍ਹਾਂ ਸਤਿਗੁਰੂ ਗੁਰਧਾਮਾਂ ਨੂੰ ਵਿਛੋੜਿਆ ਗਿਆ ਦਰਸ਼ਨਦਾਰੇ ਕੇਵਲ ਦਰਸ਼ਨਦਾਰੀ ਦਾਤ ਬਖਸ਼ ਕਰਿਓ ਪਰ ਅੱਜ ਗੁਰੂ ਸਾਹਿਬ ਨੇ ਸਾਡੇ 'ਤੇ ਕਿਰਪਾ ਕੀਤੀ ਦਰਸ਼ਨਾਂ ਵਾਸਤੇ ਸਮੁੱਚਾ ਜਥਾ 113 ਪ੍ਰਾਣੀਆਂ ਜਥਾ ਜਾ ਰਿਹਾ 13 ਜਣੇ ਅੱਗੇ ਸਵੇਰੇ ਚਲੇ ਗਏ ਸਨ 42 ਜਥੇ ਹੋਣ ਜਾ ਰਹੇ ਕੁਛ ਸਿਲੰਡਰ ਤੋਂ ਮਿਲੇ ਹਨ ਟੋਟਲ 113 ਦਾ ਜਥਾ ਸਿੱਖ ਚੈਨਲ ਨੂੰ ਬਹੁਤ ਮਾਣ ਹੈ ਬਹੁਤ ਮਾਣ ਵਾਲੀ ਗੱਲ ਹੈ ਕਿ ਐਡਾ ਵੱਡਾ ਪਰਾਲਾ ਜਿਸ ਜਿੱਦਾਂ ਆਪਾਂ ਕਿਸੇ ਗੁਰਧਾਮ 'ਤੇ ਜਾਣਾ ਹੋਵੇ 2-4 ਨੂੰ ਲੈ ਕੇ ਜਾਣਾ ਤਾਂ ਬੜੀ ਵੱਡੀ ਗੱਲ ਹੁੰਦੀ ਪਰ 113 ਪ੍ਰਾਣੀ ਲੈ ਕੇ ਜਾਣੇ ਸ਼ਾਬਾਸ਼ ਇਹ ਸ਼ੇਰਾ ਪੂਰੇ ਸਟਾਫ ਨੂੰ ਮੇਰੇ ਵੀਰ ਦਵਿੰਦਰ ਸਿੰਘ ਬਲ ਔਰ ਮੇਰੇ ਵੀਰ ਕੈਮ ਸਿੰਘ ਜੀ ਬਹੁਤ ਵੱਡੇ ਮਾਣ ਵਾਲੀ ਕੇ ਸ਼ਾਬਾਸ਼ ਬੜਾ ਉੱਦਮ ਪਰਾਲਾ ਕਰਕੇ ਪੂਰੇ ਸਟਾਫ ਨੇ ਇਹ ਜਿਹੜਾ ਪ੍ਰੋਗਰਾਮ ਲਿਖਿਆ ਅੱਜ ਉਹ ਦਿਨ ਆ ਗਿਆ ਅੱਜ ਰਾਤ ਦੀ ਫਲਾਈਟ ਹੈ ਗੁਰੂ ਸਾਹਿਬ ਕਿਰਪਾ ਕਰੇ ਸਮੁੱਚੀਆਂ ਸੰਗਤਾਂ ਦੇ ਸਿਰ 'ਤੇ ਮਿਹਰ ਹੱਥ ਰੱਖੇ ਜਿਸ ਤਰ੍ਹਾਂ ਆਪਾਂ ਚੱਲੇ ਹਾਂ ਸਤਿਗੁਰ ਅੰਗ ਸੰਗ ਸਹਾਈ ਹੋਣ ਇਸ ਤਰ੍ਹਾਂ ਆਪਾਂ ਵਾਪਸ ਆਈਏ ਹੁਣ ਸੰਗਤ ਦੀ ਅਰਦਾਸ ਹੋਣ ਲੱਗੀ ਹੈ ਸੰਗਤਾਂ ਨੂੰ ਬੇਨਤੀ ਕਾ ਪਰਦਾਸ ਸ਼ਾਮਿਲ ਹੋਈਏ ਅਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਮੱਥਾ ਟੇਕੀਏ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਤੁਧਿਆ ਗੇ ਯਾਰ ਜੀਓ ਪਿੰਡ ਸਭ ਕਹੋ ਨਾਨਕ ਸਭ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤੀ ਨੇ ਤਾਪ ਨਿਵਾਰਨਾ ਦੁੱਖ ਅੰਤਾ ਸੁਖਰਾਸ ਤਾਕੋ ਬਿਘਨ ਕਉ ਲਾਗਿਆ ਜਾਕੀ ਪ੍ਰਾਭਿਆ ਗਿਰਦਾਸ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੌਤੀ ਜੀ ਸਹਾਏ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗੌਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮ ਦੱਸਿਆ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜੇ ਰਿੱਟਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣ ਦਿਆ ਵਾ ਧਾਏ ਸਭ ਥਾਈਂ ਹੋਏ ਜੀ ਸਹਾਏ ਸਭ ਥਾਈਂ ਹੋਏ ਜੀ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਮਹਾਰਾਜ ਸਾਹਿਬ ਜੀਓ ਸਭ ਥਾਈਂ ਹੋਏ ਜੀ ਸਹਾਏ ਸਭ ਥਾਈਂ ਹੋਏ ਜੀ ਸਹਾਏ ਦਸਾਂ ਪਾਤਸ਼ਾਹੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਧਿਆਨ ਕਰਕੇ ਬੋਲੋ ਜੀ
ਪੰਜਾਂ ਪਿਆਰਿਆਂ ਚੋਂ ਸਭ ਜਾਦਿਆਂ 40 ਮੁਕਤੀਆਂ ਅੱਟੀਆਂ ਜੱਪੀਆਂ ਤੱਪੀਆਂ ਜਿੰਨਾ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇਵੀ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਾ ਸਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਧਰਮੇ ਸੀ ਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖਣੀਆਂ ਦੇ ਚੜੇ ਤਨਾਂ 'ਚ ਗੁਸਲ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਵਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰੂ ਨਾਨਕ ਬੋਲੋ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਸਤਿਗੁਰੂ ਮਹਾਰਾਜ ਧੰਨ ਗੁਰੂ ਨਾਨਕ ਪਾਤਸ਼ਾਹ ਆਪ ਜੀ ਦੀ ਕਿਰਪਾ ਸਦਕਾ ਧੰਨ ਗੁਰੂ ਸਾਹਿਬ ਤੁਹਾਡੀ ਮਿਹਰਾਂ ਦਾ ਸਦਕਾ ਮਹਾਰਾਜ ਸੱਚੇ ਪਾਤਸ਼ਾਹ ਜੀਓ ਜੋ ਸਿੱਖ ਚੈਨਲ ਨੇ 2-3 ਮਹੀਨੇ ਪਹਿਲਾਂ ਪ੍ਰੋਗਰਾਮ ਲਿਖਿਆ ਸੀ ਕਿ ਸਮੁੱਚੀਆਂ ਸੰਗਤਾਂ ਦਾ ਜਥਾ ਲੈ ਕੇ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਜਨਮ ਦਿਹਾੜੇ 'ਤੇ ਜਨਮ ਪ੍ਰਕਾਸ਼ 'ਤੇ ਨਨਕਾਣਾ ਸਾਹਿਬ ਜਾ ਕੇ ਸਮੁੱਚੀਆਂ ਸੰਗਤਾਂ ਲੈ ਕੇ ਜਾਵਾਂਗੇ ਸਤਿਗੁਰੂ ਤੁਸੀਂ ਕਿਰਪਾ ਕੀਤੀ ਰਹਿਮਤਾਂ ਕੀਤੀਆਂ ਬਖਸ਼ਾਂ ਕੀਤੀਆਂ ਸਿੱਖ ਚੈਨਲ ਦੇ ਸਟਾਫ ਅਤੇ ਸਿੱਖ ਚੈਨਲ ਦੇ ਸਿਰ 'ਤੇ ਮਿਹਰ ਹੱਥ ਰੱਖ ਕੇ ਸਤਿਗੁਰੂ ਸੱਚ ਸਤਿਗੁਰੂ ਅੱਜ ਜੋ 113 ਪ੍ਰਾਣੀਆਂ ਜਥਾ ਸਤਿਗੁਰੂ ਮਹਾਰਾਜ ਸਮੁੱਚੇ ਗੁਰਧਾਮਾਂ 'ਤੇ ਜਾ ਰਿਹਾ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਅੰਗ ਸੰਗ ਸਹਾਈਓ ਮਹਾਰਾਜ ਯਾਤਰਾ ਸਫਲ ਕਰਨੀ ਮਹਾਰਾਜ ਜੀਓ ਅੰਗ ਸੰਗ ਸਹਾਈ ਹੋਣਾ ਪਾਤਸ਼ਾਹ ਮਹਾਰਾਜ ਸਮੁੱਚੇ ਪਰਿਵਾਰ ਨੂੰ ਚੜ੍ਹਦੀ ਕਲਾ ਦਾਤ ਬਖਸ਼ਣੀ ਸਿੱਖ ਚੈਨਲ ਨੂੰ ਚੜ੍ਹਦੀ ਕਲਾ ਦਾਤ ਬਖਸ਼ੋ ਸਮੁੱਚੇ ਸਟਾਫ ਨੂੰ ਚੜ੍ਹਦੀ ਕਲਾ ਦਾਤਾਂ ਦੀ ਦਾਤ ਬਖਸ਼ਿਓ ਪਾਤਸ਼ਾਹ ਮਿਹਰ ਕਰਨੀ ਅੰਗ ਸੰਗ ਸਹਾਈ ਹੋਣਾ ਪਾਤਸ਼ਾਹ ਰਸਤੇ ਵਿੱਚ ਆਉਂਦਿਆਂ ਜਾਂਦਿਆਂ ਬਹੁਤ ਗਲਤੀਆਂ ਹੋ ਜਾਣਗੀਆਂ ਅਣਜਾਣ ਬੱਚੇ ਬੱਚੀ ਸਮਝ ਕੇ ਮਾਫ ਕਰੋ ਸਤਿਗੁਰੂ ਮਹਾਰਾਜ ਹੋਈਆਂ ਗਲਤੀਆਂ ਦੀ ਖਿਮਾ ਪਾਤਸ਼ਾਹ ਅੰਗ ਸੰਗ ਸਹਾਈ ਹੋਣਾ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲ ਤੇਰੇ ਭਾਣੇ ਸਰਬੱਤ ਦਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ ਸੰਗਤ ਜੀ ਬਹੁਤ ਖੁਸ਼ੀਆਂ ਵਾਲਾ ਦਿਨ ਹੈ ਗੁਰੂ ਨਾਨਕ ਪਾਤਸ਼ਾਹ ਨੇ ਅੰਗ ਸੰਗ ਸਹਾਈ ਹੋ ਕੇ ਸਤਿਗੁਰ ਦੇ ਚਰਨਾਂ ਸਤਿਗੁਰਾਂ ਨੇ ਸਮੁੱਚੀਆਂ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਿਆ ਬੋਲੇ ਸੋ ਨਿਹਾਲ ਸਾਡੇ ਸਿੱਖਾਂ ਦੇ ਸੀਓ ਸਾਹਿਬ ਸਾਡੀ ਮੈਂ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਸੰਗ ਬੋਲੇ ਸੋ ਨਿਹਾਲ ਜਿਨ੍ਹਾਂ ਨੇ ਸਰੋਪੇ ਦਿੱਤੇ ਸਨ ਇਹ ਮੇਰੇ ਵੀ ਸਤਿਕਾਰ ਮਿਸਟਰ ਦਵਿੰਦਰ ਸਿੰਘ ਬਲ ਜੀ ਔਰ ਬੜੇ ਮੈਂ ਕਹਿੰਦਾ ਜੇਠਾ ਚੈਨਲ ਪਹਿਲਾ ਚੈਨਲ ਜਿਹੜੇ ਇੰਗਲੈਂਡ ਦੇ ਵਿੱਚ ਲਾਇਆ ਅੱਜ ਸਮੁੱਚੇ ਜਥੇ ਨੂੰ ਲੈਣ ਲੈ ਕੇ 113 ਪ੍ਰਾਣੀ ਔਰ ਮੇਰੇ ਵੀਰ ਸਤਿਕਾਰਯੋਗ ਕੈਮ ਸਿੰਘ ਜੀ 113 ਜਥਾ ਲੈ ਕੇ ਚੱਲ ਇਹਨਾਂ ਦੇ ਪਿਤਾ ਵੀ ਬੜੇ ਬਾਣੀ ਨਾਲ ਜੁੜੇ ਸਨ ਬਾਗਾਂ ਇਹ ਹੀ ਬੜੇ ਸੰਗਤਾਂ ਨੂੰ ਬਾਣੀਆਂ ਜੋੜਦੇ ਨੇ ਮੈਂ ਕੈਮ ਸਿੰਘ ਜੀ ਆਪ ਨੂੰ ਕਹਾਂਗਾ ਤੁਸੀਂ ਸੰਗਤਾਂ ਨੂੰ ਕੁਝ ਕਹਿਣਾ ਚਾਹੋਗੇ ਜੀ ਸਤਿ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਮਾਤਾ ਜੀ ਅਪਾਰ ਕਿਰਪਾ ਹੋਈ ਹੈਗੀ ਅਸੀਂ ਦੇਖੋ ਕਿੰਨੀ ਸੋਹਣੀ ਗੱਲ ਹੈਗੀ ਸੰਗਤਾਂ ਇਕੱਠੀਆਂ ਹੋ ਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਪੁਰਬ ਨੂੰ ਮੁੱਖ ਰੱਖਦੇ ਹਾਂ ਉਹਨਾਂ ਦੇ ਜਨਮ ਸਥਾਨ 'ਤੇ ਜਾ ਕੇ ਅਸੀਂ ਨਮਸਤਕ ਹੋਣਾ ਅਤੇ ਹੋਰ ਇਤਿਹਾਸਿਕ ਗੁਰਦੁਆਰੇ ਦੇ ਦਰਸ਼ਨ ਕਰਨੇ ਹੈਗੇ ਆ ਸਹਿਜ ਪਾਠ ਲੜੀ ਚੱਲ ਰਹੀ ਆ ਰਹੀ ਆ ਉਹ ਵੀ ਉੱਥੋਂ ਚੱਲ ਰਹੀ ਆ ਗੁਰੂ ਨਾਨਕ ਦੇਵ ਜੀ ਗੁਰਪੁਰਬ ਨੂੰ ਮਨਾਉਂਦੇ ਹੋਇਆਂ ਗੁਰੂ ਸਾਹਿਬ ਦੇ ਆਪ ਜਨਮ ਸਥਾਨ ਗੁਰਦੁਆਰੇ ਤੋਂ ਬਹੁਤ ਵੱਡੀ ਗੱਲ ਹੈ ਇਹ ਸਾਰੀ ਸੰਗਤਾਂ ਦਾ ਧੰਨਵਾਦ ਕੀਤਾ ਜਾਂਦਾ ਵੀ ਸੰਗਤਾਂ ਸਾਥ ਦਿੰਦੀਆਂ ਪਿਆਰ ਦਿੰਦੀਆਂ ਉਹਦੇ ਨਾਲ ਉਪਸ਼ਾਹ ਮਿਲਦਾ ਹੌਸਲਾ ਮਿਲਦਾ ਕਿ ਹੋਰ ਉਪਰਾਲੇ ਚੈੱਕ ਕਰੀਏ ਅਤੇ ਇਸ ਤਰ੍ਹਾਂ ਤੁਸੀਂ ਸਾਥ ਦਿੰਦੇ ਰਹੋ ਮਹਾਰਾਜ ਕਿਰਪਾ ਕਰਨ ਸਾਰਿਆਂ ਨੇ ਜਿਨ੍ਹਾਂ ਨੇ ਅੱਜ ਸਾਥ ਦਿੱਤਾ ਹੈਗਾ ਆਪਣਾ ਯੋਗਦਾਨ ਪਾਇਆ ਹੈਗਾ ਤਿਲਫਲ ਮਾਇਆ ਭੇਟ ਕੀਤੀ ਹੈਗੀ ਆ ਸਹਿਜ ਪਾਠ ਵਾਸਤੇ ਲੰਗਰ ਦੀ ਸੇਵਾ ਵਾਸਤੇ ਸਿੱਖਣੀ ਸਾਹਿਬ ਦੇ ਪਾਠ ਵਾਸਤੇ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਕਰਨ ਬਖਸ਼ਣ ਸਾਰੇ ਪਰਿਵਾਰ ਨੂੰ ਸੁੱਖ ਸ਼ਾਂਤੀ ਬਖਸ਼ਣ ਅਤੇ ਤਰੱਕੀਆਂ ਬਖਸ਼ਣ ਅਸੀਂ ਇਹੀ ਇਹੀ ਅਰਦਾਸ ਸਾਡੇ ਵੱਲੋਂ ਹੋਊਗੀ ਤਾਂ ਹੁਣ ਅਸੀਂ ਹੁਣ ਸਾਰੇ ਤਿਆਰ ਆ ਔਰ ਦੇਖ ਸਕਦੇ ਸਾਰਿਆਂ ਦੇ ਚਿਹਰੇ ਵੱਲ ਤੁਸੀਂ ਦੇਖ ਲਓ ਕਿੰਨੀ ਤਿਆਰੀ ਹੈਗੀ ਆ ਹੁਣ ਅਸੀਂ ਜਾਣ ਨੂੰ ਦਸ ਚੱਲੀਏ ਹੁਣ ਕੋਚ ਵੀ ਰੈਡੀ ਆ ਔਰ ਅਸੀਂ ਨਾਲ ਹੀ ਆਉਣਾ ਹੋ ਤੁਸੀਂ ਸਾਧ ਸਿੰਘ ਜੀ ਦੇਖੋ ਸਤਨਾਮ ਵਾਹਿਗੁਰੂ ਜਾਪ ਕਰਦੇ ਹੋਏ ਤੁਸੀਂ ਦੇਖੋ ਤੁਸੀਂ ਆਓ ਹੁਣ ਚੱਲੀਏ ਇੱਥੇ ਅਸੀਂ ਫਤਿਹ ਪ੍ਰਵਾਨ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਧੰਨ ਗੁਰੂ ਨਾਨਕ 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 ਧੰਨ ਗੁਰੂ ਨਾਨਕ
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਬੋਲੇ ਸੋਨਿਆ ਸੰਗਤ ਜੀ ਆਸ ਵਿੱਚ ਜੋ ਸਮੁੱਚੀਆਂ ਸੰਗਤਾਂ ਕੋਚ ਤੇ ਬੈਠ ਰਹੀਆਂ ਹਨ ਬਹੁਤ ਵਧਾਈਆਂ ਦੇ ਪਾਤਰ ਨੇ ਸਭ ਦੀ ਚੜ੍ਹਦੀ ਕਲਾ ਦਾ ਬਖਸ਼ੇ ਏਦਾਂ ਫਿਰ ਤੁਰੀ ਆਉਂਦੇ ਗੁਰੂ ਨਾਨਕ ਸਾਹਿਬ ਦੀਆਂ ਸੰਗਤ ਦੀ ਖੁਸ਼ੀਆਂ ਲੈ ਕੇ ਆਇਓ ਸਾਧੂ ਸੱਚੇ ਪਾਤਸ਼ਾਹ ਗੁਰਮਤਿ ਸਾਹਿਬ ਤੁਹਾਡੀਆਂ ਭਾਵਨਾ ਪੂਰੀਆਂ ਕਰਨ ਬੋਲੇ ਸੋਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ 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 ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਵੇ ਮਨ ਤਨ ਸੀਤਲ ਹੋਏ ਨਿਮਕ ਵੇਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ